ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜੀ, ਜਿਸ ਦੇ ਵਿੱਚ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜੀ ਹੈ ਜੀ ਆਊਟ ਕੀਤੀ ਗਈ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਤੁਸੀਂ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰਾਂ, ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ, ਅਤੇ ਲੇਟੈਸਟ ਰਿਕਰੂਟਮੈਂਟ ਅਪਡੇਟਸ ਦੇ ਲਈ ਜੁੜੇ ਰਹਿਣਾ ਸਾਡੇ ਨਾਲ ਹਰ ਇੱਕ ਅਪਡੇਟ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਪਡੇਟ ਹੁੰਦਾ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਪੁੱਛ ਸਕਦੇ ਹੋ। ਲੇਟੈਸਟ ਜਿੰਨੇ ਵੀ ਰਿਕਰੂਟਮੈਂਟ ਆਊਟ ਹੁੰਦੇ ਨੇ ਉਹਦੇ ਲਈ ਸਿੰਪਲੀ ਤੁਸੀਂ ਸਾਡੀ ਵੈਬਸਾਈਟ ਜੋ ਕਿ ਮੀਤ ਅਕੈਡਮੀ .xyz ਹੈ ਉੱਥੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਉਹਦੇ ਲਈ ਸਿੰਪਲੀ ਤੁਸੀਂ ਗੂਗਲ ਸਰਚ ਕਰੋਗੇ ਮੀਤ ਅਕੈਡਮੀ .xyz, ਅਤੇ ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ। ਉੱਥੋਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਤਾਂ ਚਲੋ ਚੱਲਦੇ ਹਾਂ ਜੀ ਵੈਬਸਾਈਟ ਦੇ ਉੱਪਰ, ਅਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਸਭ ਤੋਂ ਪਹਿਲਾਂ ਤਾਂ ਜਿਹੜਾ ਮੈਂ ਅਪਡੇਟ ਤੁਹਾਡਾ ਸ਼ੇਅਰ ਕਰਨ ਜਾ ਰਿਹਾ ਉਹ 'ਚ ਕਲਰਕ ਅਤੇ ਲਾਇਬ੍ਰੇਰੀਅਨ ਦੀ ਪੋਸਟ ਹੈ, ਅਤੇ ਹੋਰ ਵੀ ਕਈ ਪੋਸਟਾਂ ਨੇ ਜਿਹੜੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਜਾ ਕੇ ਤੁਹਾਨੂੰ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਗੱਲ ਕਰ ਲੈਣੀ ਦੀ ਵਿੱਚ ਕਿਹੜੀ ਕਿਹੜੀ ਪੋਸਟ ਆਊਟ ਕੀਤੀ ਗਈ। ਸਭ ਤੋਂ ਪਹਿਲੀ ਪੋਸਟ ਜਿਹੜੀ ਹੈ ਜੀ ਉਹ ਲਾਇਬ੍ਰੇਰੀਅਨ ਦੀ ਹੈ, ਜਿਸ ਵਿੱਚ ਤੁਹਾਡੀ ਸੈਲਰੀ 35,400 ਤੋਂ ਲੈ ਕੇ 1,12,400 ਰਹਿਣ ਵਾਲੀ ਹੈ। ਇਸ ਦੇ ਵਿੱਚ ਤੁਹਾਡੀ ਏਜ 30 ਸਾਲ ਤੱਕ ਦੀ ਹੈਗੀ ਹੈ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। 1/5/2023 ਤੱਕ ਤੁਹਾਡੀ ਏਜ ਇੰਨੀ ਬਣਦੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਡਿਗਰੀ ਲਾਇਬ੍ਰੇਰੀ ਸਾਇੰਸ ਦੇ ਵਿੱਚ ਕੀਤੀ ਹੋਈ, ਤੁਸੀਂ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਵਿਦ ਡਿਪਲੋਮਾ ਲਾਇਬ੍ਰੇਰੀ ਸਾਇੰਸ ਦੇ ਵਿੱਚ, 3 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਹੈਗਾ ਵਰਕਿੰਗ ਇਨ ਲਾਇਬ੍ਰੇਰੀ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਤੁਹਾਡੇ ਕੋਲ ਸਰਟੀਫਿਕੇਟ ਕੋਰਸ ਕੰਪਿਊਟਰ ਐਡਮਿਨਿਸਟ੍ਰੇਟਿਵ ਦੇ ਵਿੱਚ ਹੈਗਾ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ। ਇਸ ਦੇ ਵਿੱਚ ਰਿਟਨ ਅਤੇ ਟੈਸਟ ਸਕਿੱਲਸ ਜਿਹੜੀਆਂ ਨੇ ਉਹ ਮੰਗੀਆਂ ਗਈਆਂ ਨੇ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਜਿਹੜੀ ਪੋਸਟ ਆਊਟ ਕੀਤੀ ਗਈ ਹੈ ਉਹ ਹੈਗੀ ਹੈ ਅਪਰ ਡਿਵੀਜ਼ਨ ਕਲਰਕ ਦੀ, ਪੰਜਾਬ ਦੇ ਕੈਂਡੀਡੇਟ ਲਈ ਵੈਕੈਂਸੀ ਹੈ, ਮੈਂ ਇਹ ਤੁਹਾਨੂੰ ਦੱਸ ਰਿਹਾ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ, ਇਸ ਦੇ ਵਿੱਚ ਤੁਹਾਡੀ ਸੈਲਰੀ 25,500 ਤੋਂ ਲੈ ਕੇ 81,100 ਜਿਹੜੀ ਹੈ ਜੀ ਉਹ ਹੈਗੀ ਹੈ। ਔਰ ਉਸ ਤੋਂ ਬਾਅਦ ਇਸ ਦੇ ਵਿੱਚ 30 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ। ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ, 3 ਈਅਰ ਦਾ ਐਕਸਪੀਰੀਅੰਸ ਹੈਗਾ ਐਡਮਿਨਿਸਟ੍ਰੇਟਿਵ ਦਾ, ਠੀਕ ਹੈ, ਅਕਾਊਂਟਸ ਦਾ, ਮੈਟਰ ਵਿਦ ਨੌਲੇਜ ਆਫ ਕੰਪਿਊਟਰ, ਮਤਲਬ ਤੁਹਾਨੂੰ ਅਕਾਊਂਟ ਮੈਟਰ ਸੋਲਵ ਕਰਨੇ ਆਉਂਦੇ ਹੋਣ, ਪਲੱਸ ਇਸੇ ਦੇ ਨਾਲ ਤੁਹਾਨੂੰ ਕੰਪਿਊਟਰ ਦੀ ਨੌਲੇਜ ਹੈਗੀ ਹੈ ਤਾਂ ਅਪਲਾਈ ਕਰ ਸਕਦੇ ਹੋ। ਇਹਨਾਂ ਦੋਨਾਂ ਪੋਸਟਾਂ ਦੇ ਲਈ ਤੁਹਾਡਾ ਰਿਟਨ ਟੈਸਟ ਹੋਏਗਾ ਪਹਿਲਾਂ, ਦੈਨ ਤੁਹਾਡਾ ਸਕਿੱਲ ਟੈਸਟ ਹੋਏਗਾ। ਸਕਿੱਲ ਟੈਸਟ ਤੋਂ ਮਤਲਬ ਹੈ ਕਿ ਜਿੱਦਾਂ ਕਿ ਕਲਰਕ ਦੀ ਪੋਸਟ ਹੈ ਅਤੇ ਟਾਈਪਿੰਗ ਟੈਸਟ ਕੀਤਾ ਜਾ ਸਕਦਾ ਤੁਹਾਡਾ ਹਿੰਦੀ ਅਤੇ ਇੰਗਲਿਸ਼ ਦੇ ਵਿੱਚ, ਉਹਦੇ ਲਈ ਤੁਹਾਨੂੰ ਤਿਆਰ ਰਹਿਣਾ ਪਵੇਗਾ, ਠੀਕ ਹੈ ਜੀ। ਔਰ ਉਸੇ ਦੇ ਨਾਲ ਅਗਰ ਦੂਜੇ ਦੀ ਗੱਲ ਕਰੀਏ ਲਾਇਬ੍ਰੇਰੀਅਨ ਦੀ, ਤਾਂ ਇਸ ਦੇ ਵਿੱਚ ਤੁਹਾਡਾ ਸਕਿੱਲ ਟੈਸਟ ਤਾਂ ਨਹੀਂ ਹੋਏਗਾ, ਹਾਂ ਤੁਹਾਡੇ ਕੋਲ ਇੰਟਰਵਿਊ ਰਾਊਂਡ ਹੋ ਸਕਦਾ, ਉਹਦੇ ਲਈ ਤੁਸੀਂ ਪਹਿਲਾਂ ਆਪਣਾ ਥੋੜ੍ਹਾ ਜਿਹਾ ਤਿਆਰੀ ਜਿਹੜੀ ਹੈ ਉਹ ਕਰ ਲੈਣੀ ਹੈ ਜੀ। ਸੋ ਇਹ ਹੈ ਜੀ ਪੂਰਾ ਮੈਟਰ ਜਿਹੜਾ ਮੈਂ ਤੁਹਾਨੂੰ ਦੱਸਿਆ। ਸੋ ਇਸੇ ਤਰ੍ਹਾਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਤੁਹਾਨੂੰ ਮਿਲਦੇ ਰਹਿਣਗੇ। ਇਹਦਾ ਲਿੰਕ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਦੇ ਦੇਵਾਂਗਾ। ਇਹ ਨੋਟੀਫਿਕੇਸ਼ਨ ਡਾਕਟਰ ਅੰਬੇਦਕਰ ਉਹ ਜੋ ਕਿ ਹੋਟਲ ਮੈਨੇਜਮੈਂਟ ਨੇ ਕੇਟਰਿੰਗ ਐਂਡ ਨਿਊਟ੍ਰੀਸ਼ਨ ਚੰਡੀਗੜ੍ਹ ਵੱਲੋਂ ਆਊਟ ਕੀਤਾ ਗਿਆ। ਸੋ ਇਹਦੇ ਨੋਟੀਫਿਕੇਸ਼ਨ 'ਚ ਲਈ ਤੁਸੀਂ ਅਪਲਾਈ ਕਰਨਾ ਹੈ ਜੀ। ਇਹਨਾਂ ਨੇ ਹੈਲਪਲਾਈਨ ਨੰਬਰ ਜਿਹੜਾ ਉਹ ਦਿੱਤਾ ਹੋਇਆ, ਆਪਣਾ ਸਾਰੀ ਡਿਟੇਲਸ ਜਿਹੜੀਆਂ ਨੇ, ਸੀ ਵੀ ਜਿਹੜਾ ਤੁਸੀਂ ਭੇਜਣਾ ਹੋਵੇਗਾ, ਬਾਕੀ ਤੁਸੀਂ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ। 31 ਜੁਲਾਈ ਤੱਕ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਸੋ ਇਹ ਨੋਟੀਫਿਕੇਸ਼ਨ ਹੈ ਜਿਹੜਾ ਕਿ ਆਊਟ ਕੀਤਾ ਗਿਆ, ਅਤੇ ਕਿਸੇ ਤਰ੍ਹਾਂ ਦਾ ਕੋਈ ਡਾਊਟ ਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੇਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।